ਹਾਲੇਲੂਇਆ ਖੁਦਾਵੰਦ ਯਿਸੂ ਮਸੀਹ ਦੇ ਨਾਮ ਦੇ ਵਿੱਚ ਸਭ ਨੂੰ ਜੈ ਮਸੀਹ ਦੀ ਆਈ। ਅਸੀਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਅੱਜ ਇੱਕ ਅਨੋਖੀ ਸਿੱਖਿਆ ਨੂੰ ਲੈਣ ਦੇ ਲਈ ਜਾ ਰਹੇ ਹਾਂ ਕਿ ਪਰਮੇਸ਼ਰ ਨੇ ਸਾਡੇ ਅੰਦਰ ਕੁਝ ਗੁਣ ਰੱਖੇ ਨੇ। ਔਰ ਕਲਮ ਜਿਹੜੀ ਹੈ ਉਹ ਸਾਨੂੰ ਕੁਝ ਸਿਖਾਉਂਦੀ ਆ। ਇਹ ਮੇਰੇ ਹੱਥ ਦੇ ਵਿੱਚ ਫੜੀ ਹੋਈ ਜਿਹੜੀ ਕਲਮ ਹੈ ਇਹ ਸਾਡੀ ਜ਼ਿੰਦਗੀ ਦੇ ਨਾਲ ਬਹੁਤ ਵੱਡਾ ਇਨਸਾਫ ਕਰਦੀ ਆ ਅਤੇ ਇਹ ਤੋਂ ਸਾਨੂੰ ਬੜੀ ਸਿੱਖਿਆ ਲੈਣੀ ਚਾਹੀਦੀ ਆ। ਮੇਰੇ ਹੱਥ ਦੇ ਵਿੱਚ ਇੱਕ ਪੈਨਸਲ ਹੈ ਔਰ ਇਹ ਪੈਨਸਲ ਸਾਨੂੰ ਇੱਕ ਸਿੱਖਿਆ ਦਿੰਦੀ ਹੈ। ਇਹ ਪੈਨਸਲ ਦੇ ਅੰਦਰ ਬੜੇ ਗੁਣ ਨੇ। ਇਹ ਜਿਹੜੀ ਪੈਨਸਲ ਆ ਬਣਾਉਣ ਵਾਲੇ ਨੇ ਜਦੋਂ ਇਹਨੂੰ ਬਣਾਇਆ ਸੀ ਇਹਨੂੰ ਕੁਝ ਸਿੱਖਿਆ ਦਿੱਤੀ। ਸਾਨੂੰ ਵੀ ਜਦੋਂ ਖੁਦਾ ਨੇ ਬਣਾਇਆ ਬਣਾਉਣ ਤੋਂ ਪਹਿਲਾਂ ਕੁਝ ਆਗਿਆ ਦਿੱਤੀ ਪਰ ਅਸੀਂ ਉਸ ਆਗਿਆ ਨੂੰ ਛੱਡ ਗਏ ਜਿਹਦੇ ਕਾਰਨ ਅਸੀਂ ਪਾਪ ਵਿੱਚ ਬਿਮਾਰੀਆਂ ਵਿੱਚ ਦੁੱਖਾਂ ਵਿੱਚ ਚਲੇ ਗਏ। ਇਹ ਪੈਨਸਲ ਦੇ ਉੱਤੋਂ ਅਸੀਂ ਅੱਜ ਖੁਦਾ ਦੇ ਕਲਾਮ ਦੇ ਵਿੱਚੋਂ ਪੰਜ ਗੱਲਾਂ ਨੂੰ ਸਿੱਖਾਂਗੇ, ਪੰਜ ਵਚਨਾਂ ਨੂੰ ਸਿੱਖਾਂਗੇ ਜੋ ਸਾਡੀ ਜ਼ਿੰਦਗੀ ਦੇ ਨਾਲ ਬੜੀ ਅਹਿਮੀਅਤ ਰੱਖਦੇ ਨੇ। ਜੇ ਤੁਸੀਂ ਇਸ ਵਚਨ ਨੂੰ ਆਪਣੇ ਜੀਵਨ 'ਚ ਲਾਗੂ ਕਰੋਗੇ ਤੁਸੀਂ ਸੁਪਰ ਬਲੈਸਡ ਹੋ ਜਾਓਗੇ ਪ੍ਰਭੂ ਯਿਸੂ ਮਸੀਹ ਦੇ ਸਾਮਰਥੀ ਔਰ ਜਲਾਲੀ ਫਜ਼ਲ ਨਾਮ ਦੇ ਵਿੱਚ। ਇਹਦੇ ਪੈਨਸਲ ਦੇ ਬਣਾਉਣ ਵਾਲੇ ਨੇ ਜਦੋਂ ਇਹਨੂੰ ਸਿੱਖਿਆ ਦਿੱਤੀ ਕਹਿੰਦਾ ਪੈਨਸਲ ਕਿ ਤੂੰ ਪਹਿਲਾਂ ਕਿ ਡੱਬੇ ਦੇ ਵਿੱਚ ਪੈਕ ਹੋ ਕੇ ਕਿਸੇ ਕੋਲ ਜਾਵੇਂ ਅਤੇ ਪਹਿਲਾਂ ਮੇਰੀ ਸਿੱਖਿਆ ਨੂੰ ਲੈ ਲੈ। ਇਸ ਤਰ੍ਹਾਂ ਹੀ ਖੁਦਾ ਨੇ ਇਨਸਾਨ ਨੂੰ ਬਣਾਇਆ। ਇਨਸਾਨ ਨੂੰ ਬਣਾਉਣ ਤੋਂ ਪਹਿਲਾਂ ਉਹਨੂੰ ਇੱਕ ਬਣਾਇਆ ਔਰ ਉਹਨੂੰ ਆਗਿਆ ਦਿੱਤੀ ਔਰ ਇਸੇ ਤਰ੍ਹਾਂ ਹੀ ਇਹ ਪੈਨਸਲ ਤੋਂ ਅਸੀਂ ਬਹੁਤ ਖੁਦਾ ਦੀ ਆਸ਼ੀਸ਼ ਨੂੰ ਅੱਜ ਸਿੱਖਾਂਗੇ। ਔਰ ਪਹਿਲੇ ਨੰਬਰ 'ਤੇ ਪੈਨਸਲ ਬਣਾਉਣ ਵਾਲੇ ਨੇ ਇਹਨੂੰ ਕਿਹਾ ਕਿ ਤੂੰ ਆਪਣੇ ਆਪ ਨੂੰ ਕਿਸੇ ਦੇ ਹੱਥ ਦੇ ਵਿੱਚ ਦੇ ਦੇ। ਇਹ ਪੈਨਸਲ ਹੱਥ ਦੇ ਵਿੱਚ ਆ ਅਤੇ ਇਹ ਕਦੀ ਵੀ ਇਹਨੂੰ ਕੋਈ ਨੁਕਸਾਨ ਨਹੀਂ ਹੋਵੇਗਾ, ਇਹਦੀ ਸੁਰੱਖਿਆ ਆ ਕਿਉਂਕਿ ਇਹ ਹੱਥ ਦੇ ਵਿੱਚ ਆ, ਸਹੀ ਢੰਗ ਦੇ ਨਾਲ ਫੜਿਆ ਹੋਇਆ ਇਹਨੂੰ। ਔਰ ਪਰਮੇਸ਼ੁਰ ਦੇ ਕਲਾਮ ਵੀ ਦੱਸਦਾ ਕਿ ਸਾਨੂੰ ਆਪਣੇ ਆਪ ਨੂੰ ਖੁਦਾ ਦੇ ਹੱਥ ਦੇ ਵਿੱਚ ਦੇਣਾ ਚਾਹੀਦਾ। ਔਰ ਪਹਿਲੇ ਨੰਬਰ 'ਤੇ ਖੁਦਾ ਦੇ ਹੱਥ ਵਿੱਚ ਦੇਣਾ, ਇਹ ਅਸੀਂ ਖੁਦਾ ਦੇ ਕਲਾਮ ਦੇ ਵਿੱਚੋਂ ਵਚਨ ਜਿਹੜਾ ਹੈ ਕਿ ਆਪਣੇ ਆਪ ਨੂੰ ਖੁਦਾ ਦੇ ਹੱਥ 'ਚ ਦੇਣਾ। ਜਬੂਰਾਂ ਦੀ ਪੋਥੀ ਉਹਦਾ 37 ਅਧਿਆਏ ਉਹਦੇ 24 ਵਚਨ 'ਚ ਲਿਖਿਆ, ਭਾਵੇਂ ਉਹ ਡਿੱਗ ਪਵੇ ਪਰ ਡਿੱਗਿਆ ਨਹੀਂ ਰਹੇਗਾ ਕਿਉਂ ਜੋ ਯਹੋਵਾ ਦਾ ਹੱਥ ਉਹਨੂੰ ਥੰਮਦਾ ਆ। ਜਿਸ ਤਰ੍ਹਾਂ ਪੈਨਸਲ ਨੂੰ ਉਹਦੀ ਸਿੱਖਿਆ ਦੇਣ ਵਾਲੇ ਨੇ ਕਿਹਾ ਕਿਸੇ ਦੇ ਹੱਥ ਵਿੱਚ ਆਪਣੇ ਆਪ ਨੂੰ ਦੇ ਦੇ, ਇਸ ਤਰ੍ਹਾਂ ਅਸੀਂ ਵੀ ਆਪਣੇ ਆਪ ਨੂੰ ਖੁਦਾ ਦੇ ਹੱਥ 'ਚ ਦਈਏ। ਜਿਸ ਤਰ੍ਹਾਂ ਯਸ਼ਾਇਆ 41 ਦੀ 10 ਦੇ ਵਿੱਚ ਵੀ ਲਿਖਿਆ ਹੈ, ਇਹ ਪਹਿਲੀ ਗੱਲ ਹੈ ਕਿ ਆਪਣੇ ਆਪ ਨੂੰ ਖੁਦਾ ਦੇ ਹੱਥ ਦੇ ਵਿੱਚ ਦੇਣਾ। ਦੂਸਰੀ ਗੱਲ ਕਿ ਉਹਨੇ ਕਿਹਾ ਪੈਨਸਲ ਨੂੰ ਕਿਹਾ ਤੇਰੇ ਅੰਦਰ ਇੱਕ ਖਾਸ ਚੀਜ਼ ਆ। ਉਹਨੇ ਪੈਨਸਲ ਬਣਾਉਣ ਵਾਲੇ ਨੇ ਪੈਨਸਲ ਨੂੰ ਕਿਹਾ ਕਿ ਤੇਰੇ ਅੰਦਰ ਇੱਕ ਖਾਸ ਚੀਜ਼ ਆ। ਔਰ ਪਰਮੇਸ਼ੁਰ ਦੇ ਲੋਕੋ ਸਾਡੇ ਅੰਦਰ ਖੁਦਾ ਨੇ ਇੱਕ ਖਾਸ ਚੀਜ਼ ਭੇਜੀ ਆ, ਅਰਥਾਤ ਸੱਚਾਈ ਦਾ ਆਤਮਾ ਪਾਕ ਰੂਹ। ਔਰ ਇਹ ਖੁਦਾ ਦੇ ਕਲਾਮ 14 ਅਧਿਆਇ ਯੋਹਨਾ ਦੀ ਅੰਜੀਲ ਉਹਦੇ 17 ਵਚਨ ਦੇ ਵਿੱਚ ਲਿਖਿਆ, ਅਰਥਾਤ ਸੱਚਾਈ ਦਾ ਆਤਮਾ ਜਿਸ ਨੂੰ ਜਗਤ ਨਹੀਂ ਪਾ ਸਕਦਾ ਕਿਉਂ ਜੋ ਉਹ ਵੇਖਦਾ ਨਹੀਂ ਕਿਉਂ ਨਾ ਉਹ ਜਾਣਦਾ ਹੈ, ਤੁਸੀਂ ਉਸ ਨੂੰ ਜਾਣਦੇ ਹੋ ਕਿਉਂਕਿ ਉਹ ਤੁਹਾਡੇ ਸੰਗ ਰਹਿੰਦਾ ਹੈ ਅਤੇ ਉਹ ਤੁਹਾਡੇ ਵਿੱਚ ਹੈ। ਉਹ ਕੀ ਆ? ਅਰਥਾਤ ਦੂਸਰਾ ਸਹਾਇਕ ਜਿਹਦਾ ਵਾਅਦਾ ਖੁਦਾ ਨੇ ਸਾਡੇ ਨਾਲ ਕੀਤਾ ਸੀ। ਇਹ ਜਿਹੜੀ ਕਾਲੀ ਜੀ ਨੋਕ ਆ ਇਹਦੇ ਅੰਦਰ ਇੱਕ ਖਾਸ ਚੀਜ਼ ਆ, ਪਾਕ ਰੂਹ ਸਾਡੇ ਅੰਦਰ ਇੱਕ ਖਾਸ ਚੀਜ਼ ਆ ਜਿਹੜੀ ਸਾਨੂੰ ਪਵਿੱਤਰ ਆਤਮਾ ਦੇ ਭੇਤ ਦੀਆਂ ਗੱਲਾਂ ਨੂੰ ਸਿਖਾਉਂਦੀ ਆ। ਉਹਨੇ ਕਿਹਾ ਹੇ ਪੈਨਸਲ ਤੇਰੇ ਅੰਦਰ ਇੱਕ ਖਾਸ ਚੀਜ਼ ਆ, ਹੇ ਇਨਸਾਨ ਜਿਹਨੇ ਤੁਸੀਂ ਸੁਣਦੇ ਹੋ ਤੁਹਾਡੇ ਅੰਦਰ ਇੱਕ ਖਾਸ ਪ੍ਰਭੂ ਦਾ ਪਾਕ ਰੂਹ ਆ। ਔਰ ਤੀਸਰੀ ਗੱਲ ਜਿਹੜੀ ਆ ਉਹਨੇ ਕਿਹਾ ਕਿ ਤੂੰ ਆਪਣੇ ਆਪ ਨੂੰ ਤਿੱਖਾ ਹੋਣ ਦੇ ਲਈ ਦੇ ਦੇ। ਜਿਸ ਤਰ੍ਹਾਂ ਇਹ ਲਿਖਦੀ ਲਿਖਦੀ ਥੱਕ ਜਾਂਦੀ ਆ ਅਤੇ ਅਸੀਂ ਇਹਨੂੰ ਇਸ ਤਰੀਕੇ ਨਾਲ ਇਹਨੂੰ ਤਰਾਸ਼ਦੇ ਹਾਂ। ਆਹ ਦੇਖੋ ਇਹਨੂੰ ਜਦੋਂ ਤਰਾਸ਼ਿਆ ਜਾਂਦਾ ਤਾਂ ਇਹਨੂੰ ਦੁੱਖ ਲੱਗਦਾ। ਬਾਈਬਲ 'ਚ ਵੀ ਲਿਖਿਆ ਪ੍ਰਭੂ ਕਹਿੰਦਾ ਸੱਚੇ ਅੰਗੂਰ ਦੀ ਵੇਲ ਮੈਂ ਹਾਂ, 15 ਵਚਨ ਯੋਹਨਾ 15 ਵਚਨ ਦੇ ਵਿੱਚ ਲਿਖਿਆ, ਸੱਚੇ ਅੰਗੂਰ ਦੀ ਮੈਲ ਹਾਂ, ਪਿਤਾ ਮੇਰਾ ਬਾਗਬਾਨ ਹੈ ਅਤੇ ਹਰੇਕ ਟਹਿਣੀ ਜਿਹੜੀ ਮੇਰੇ ਵਿੱਚ ਰਹਿੰਦੀ ਆ ਫਲ ਨਹੀਂ ਦਿੰਦੀ ਉਹਨੂੰ ਲਾਹ ਸੁੱਟਦਾ ਅਤੇ ਜਿਹੜੀ ਮੇਰੇ ਵਿੱਚ ਰਹਿੰਦੀ ਆ ਉਹਨੂੰ ਛਾਂਗਦਾ ਆ, ਉਹਨੂੰ ਤਰਾਸ਼ਦਾ ਆ। ਇਸ ਤਰ੍ਹਾਂ ਹੀ ਖੁਦਾ ਸਾਨੂੰ ਤਰਾਸ਼ਦਾ ਆ। ਤੀਸਰੀ ਗੱਲ ਕਿ ਸਾਡੀ ਜਿਹੜੀ ਆ ਛਾਂਗਤਾ ਹੋਣਾ ਬਹੁਤ ਜ਼ਰੂਰੀ ਆ।
ਸਾਡਾ ਤਰਾਸ਼ਿਆ ਜਾਣਾ ਬਹੁਤ ਜ਼ਰੂਰੀ ਆ। ਜੇ ਤਰਾਸ਼ੇ ਨਹੀਂ ਜਾਵਾਂਗੇ ਤਾਂ ਅਸੀਂ ਕਦੇ ਵੀ ਸਾਡਾ ਜਿਹੜਾ ਨਿਖਾਰ ਆ, ਜਿਸ ਤਰ੍ਹਾਂ ਇਹ ਅੰਦਰ ਜਿਹੜੀ ਖਾਸ ਚੀਜ਼ ਉਹਦਾ ਨਿਖਾਰ ਨਹੀਂ ਆਏਗਾ। ਜਦੋਂ ਅਸੀਂ ਕਲਾਮ ਨਾਲ ਤਰਾਸ਼ੇ ਜਾਵਾਂਗੇ ਸਾਡੇ ਅੰਦਰ ਨਿਖਾਰ ਆਵੇਗਾ। ਇਹ ਤੀਸਰੀ ਗੱਲ ਹੈ। ਔਰ ਚੌਥੀ ਗੱਲ ਹੈ ਕਿ ਜਿੱਥੇ ਵੀ ਤੂੰ ਜਾਵੇਂ ਤਾਂ ਆਪਣਾ ਨਿਸ਼ਾਨ ਛੱਡ ਜਾਵੇਂ। ਜਦੋਂ ਇਹ ਪੈਨਸਲ ਰਾਈਟਿੰਗ ਕਰਦੀ ਹੈ ਤਾਂ ਆਪਣਾ ਨਿਸ਼ਾਨ ਛੱਡ ਜਾਂਦੀ ਆ, ਆਪਣਾ ਚਿੰਨ੍ਹ ਛੱਡ ਜਾਂਦੀ ਆ। ਇਸ ਤਰ੍ਹਾਂ ਖੁਦਾ ਦਾ ਰੂਹ ਜਿਹੜਾ ਸਾਡੇ ਅੰਦਰ ਆ ਉਹ ਸਾਡੇ ਚਿੰਨ੍ਹ ਉਸ ਜਗ੍ਹਾ 'ਤੇ ਹੁੰਦੇ ਆ ਕਿ ਜਦੋਂ ਅਸੀਂ ਖੁਦਾ ਦੇ ਕਲਾਮ ਨਾਲ ਚੱਲਦੇ ਹਾਂ। ਇਹਦਾ ਵਚਨ ਗਲਾਤੀਆਂ 6:17 ਦੇ ਵਿੱਚ ਲਿਖਿਆ, ਪੌਲਸ ਰਸੂਲ ਕਹਿੰਦਾ ਕਿ ਮੈਂ ਯਿਸੂ ਮਸੀਹ ਦੇ ਦਾਗਾਂ ਨੂੰ ਆਪਣੇ ਉੱਤੇ ਲਈ ਫਿਰਦਾ ਅਤੇ ਅੱਗੇ ਤੋਂ ਮੈਨੂੰ ਕੋਈ ਦੁੱਖ ਨਾ ਦੇਵੇ। ਨਿਸ਼ਾਨ, ਪਰਮੇਸ਼ੁਰ ਦਾ ਨਿਸ਼ਾਨ ਸਾਡੇ 'ਤੇ ਹੋਣਾ ਚਾਹੀਦਾ, ਉਹਦੀ ਪੈੜ ਸਾਡੇ 'ਤੇ ਹੋਣੀ ਚਾਹੀਦੀ ਆ। ਉਹਦੇ ਨਾਲ ਹੀ ਗਲਾਤੀਆਂ 3:27 'ਚ ਲਿਖਿਆ, ਜਿੰਨਿਆਂ ਨੇ ਮਸੀਹ ਯਿਸੂ ਦਾ ਬਪਤਿਸਮਾ ਲਿਆ ਉਹਨਾਂ ਨੇ ਮਸੀਹ ਨੂੰ ਪਹਿਨ ਲਿਆ। ਇਹਦੇ 'ਚ ਤੀਸਰਾ ਗੁਣ ਆ ਕਿ ਇਹ ਆਪਣੇ ਨਿਸ਼ਾਨ ਨੂੰ ਆਪਣੇ ਜਿਹੜਾ ਹੁਨਰ ਆ ਉਹਨੂੰ ਛੱਡ ਜਾਂਦੀ ਆ। ਸਾਡੇ ਅੰਦਰ ਵੀ ਖੁਦਾ ਨੇ ਇਹ ਹੁਨਰ ਰੱਖਿਆ ਕਿ ਜਦ ਵੀ ਅਸੀਂ ਪ੍ਰਾਰਥਨਾ ਕਰੀਏ, ਸੰਗਤੀ 'ਚ ਜਾਈਏ, ਸਾਡੇ ਬੋਲਣ ਤੋਂ, ਸਾਡੇ ਹਾਵ ਭਾਵ ਤੋਂ ਯਿਸੂ ਨਜ਼ਰ ਆਉਣਾ ਚਾਹੀਦਾ, ਉਹਦੇ ਲਫਾਜ਼ ਨਜ਼ਰ ਆਉਣੇ ਚਾਹੀਦੇ ਨੇ। ਮੇਰੇ ਅਜ਼ੀਜ਼ੋ, ਚੌਥੀ ਜਿਹੜੀ ਗੱਲ ਸੀ ਕਿ ਤੂੰ ਆਪਣਾ ਇੱਕ ਨਿਸ਼ਾਨ ਛੱਡ ਜਾਵੇਂ, ਇਹਨੂੰ ਕਿਹਾ ਆਪਣਾ ਨਿਸ਼ਾਨ ਛੱਡ ਜਾਵੇਂ। ਔਰ ਪੰਜਵੀਂ ਅਤੇ ਲਾਸਟ ਗੱਲ ਜਿਹੜੀ ਆ, ਇਹਦੇ ਉੱਤੇ ਜਿਹੜਾ ਕਾਲਾ ਜਿਹਾ ਅਸੀਂ ਚਿੰਨ੍ਹ ਦੇਖਦੇ ਹਾਂ, ਹਰ ਇੱਕ ਪੈਨਸਲ 'ਤੇ ਲੱਗਾ ਹੁੰਦਾ, ਇਹਦੇ ਉੱਤੇ ਕਦੀ ਕਦੀ ਰਬੜ ਵੀ ਹੈ। ਜਿਹੜੀ ਮੇਰੇ ਕੋਲ ਨਟਰਾਜ ਦੀ ਪੈਨਸਲ, ਇਹਦੇ 'ਤੇ ਰਬੜ ਨਹੀਂ ਹੈਗੀ, ਅਦਰਵਾਈਜ਼ ਕਿ ਜਦੋਂ ਅਸੀਂ ਪੂਰਾ ਇਹਦਾ ਪੈਕੇਜ ਲੈਂਦੇ ਹਾਂ ਉਹਦਾ ਪੂਰਾ ਸਮਾਨ ਸਾਨੂੰ ਮਿਲਦਾ, ਉਹ 'ਚ ਰਬੜ ਮਿਲਦੀ ਆ, ਪਰ ਇਹਦੇ 'ਤੇ ਰਬੜ ਹੁੰਦੀ। ਕਹਿੰਦਾ, ਇਹਨੂੰ ਕਹਿੰਦਾ ਕਿ ਤੂੰ ਗਲਤੀਆਂ ਜ਼ਰੂਰ ਕਰੇਂਗੀ। ਗਲਤੀਆਂ ਅਤੇ ਪਾਪ ਦੇ ਵਿੱਚ ਅੰਤਰ ਹੈ। ਪਾਪ ਸਾਡੇ ਜਨਮ ਤੋਂ ਨੇ ਅਤੇ ਗਲਤੀਆਂ ਸਾਡੇ ਬੋਲਣ ਦੁਆਰਾ, ਸਾਡੇ ਦੇਖਣ ਦੁਆਰਾ, ਸਾਡੇ ਸੋਚਣ ਦੁਆਰਾ, ਸਾਡੇ ਚੱਲਣ ਦੇ ਦੁਆਰਾ ਹੁੰਦੀਆਂ। ਪਰ ਕੀ ਆ ਕਿ ਉਹ ਗਲਤੀਆਂ ਨੂੰ ਖੁਦਾ ਰੋਜ਼ ਦੇ ਰੋਜ਼ ਜਦ ਅਸੀਂ ਪ੍ਰਭੂ ਦੇ ਅੱਗੇ ਜਾਂਦੇ ਹਾਂ ਉਹ ਮਾਫ਼ ਕਰਦਾ ਰਹਿੰਦਾ ਹੈ, ਕਿਉਂਕਿ ਪਾਪ ਜਿਹੜੇ ਆ ਉਹ ਸਾਡੇ ਅੰਦਰ ਤੋਂ ਨੇ। ਅਤੇ ਬਾਈਬਲ 'ਚ ਲਿਖਿਆ, ਕਹਿੰਦਾ ਕਿ ਤੂੰ ਗਲਤੀਆਂ ਜ਼ਰੂਰ ਕਰੇਂਗੀ। ਰੋਮੀਆਂ ਦੀ ਪੱਤਰੀ 8:26 ਉਹਦੇ 26 ਵਚਨ 'ਚ ਲਿਖਿਆ ਕਿ ਆਤਮਾ ਜਿਹੜਾ ਆ, ਇਹ ਜਿਹੜੀ ਚੀਜ਼ ਅਗਲੀ ਆ, ਆਤਮਾ ਆਪ ਅਖਤ ਹੋ ਕੇ ਭਰ ਭਰ ਕੇ ਦੁਰਬਲਤਾਈਆਂ ਵਿੱਚ ਸਾਡੀ ਸਹਾਇਤਾ ਕਰਦਾ ਕਿ ਸਾਨੂੰ ਕਿਸ ਵਿਧ ਲਈ ਪ੍ਰਾਰਥਨਾ ਕਰਨੀ ਚਾਹੀਦੀ ਆ। ਅਸੀਂ ਆਪਣੇ ਆਪ ਨੂੰ ਜਾਣਦੇ ਹਾਂ, ਅਸੀਂ ਆਪਣੇ ਹਿਰਦੇ ਨੂੰ ਜਾਣਦੇ ਹਾਂ। ਇਹਦੇ 'ਚ ਪੰਜਵੀਂ ਗੱਲ ਆ ਕਿ ਇਹ ਜਿਹੜਾ ਤੇਰੇ ਪਿਛਲੇ ਪਾਸੇ ਗੱਲ ਦਿੱਤੀ ਆ, ਇਹਦੇ ਨਾਲ ਤੂੰ ਮਿਟਾ ਕੇ ਆਪਣਾ ਫਿਰ ਨਿਸ਼ਾਨ ਵਧੀਆ ਕਰ ਸਕਦੀ ਹਾਂ। ਇਸ ਤਰ੍ਹਾਂ ਹੀ ਅਸੀਂ ਆਪਣਾ ਜੀਵਨ ਫਿਰ ਉਸ ਗਲਤੀ ਨੂੰ ਜਿਹੜਾ ਮਾਫ਼ ਕਰਾ ਕੇ, ਉਹ ਗਲਤੀ ਦੀ ਮੰਨ ਕੇ ਅੱਗੇ ਫਿਰ ਅਸੀਂ ਆਪਣਾ ਜੀਵਨ ਜਿਹੜਾ ਸਹੀ ਤਰੀਕੇ ਨਾਲ ਚਲਾ ਸਕਦੇ ਹਾਂ। ਗਲਤੀ 'ਚ ਅਤੇ ਪਾਪ 'ਚ ਅੰਤਰ ਆ। ਪਾਪ ਮਾਫ਼ ਹੋ ਜਾਂਦੇ ਆ, ਗਲਤੀ ਕਦੀ ਵੀ ਹੋ ਸਕਦੀ, ਪਰ ਗਲਤੀ ਤੋਂ ਗ੍ਰੇਜ਼ ਕਰਨਾ ਆ, ਵੇਖਣਾ ਕਿ ਸਾਡੇ ਅੰਦਰ ਇਹ ਗੁਣ ਨੇ। ਪਹਿਲਾ ਗੁਣ, ਆਪਣੇ ਆਪ ਨੂੰ ਖੁਦਾ ਦੇ ਹੱਥ ਵਿੱਚ ਦੇਣਾ। ਦੂਸਰਾ ਗੁਣ ਕਿ ਸਾਡੇ ਅੰਦਰ ਖੁਦਾ ਦਾ ਪਾਕ ਰੂਹ ਵਸਦਾ ਆ, ਜਿਸ ਤਰ੍ਹਾਂ ਪੈਨਸਲ ਦੇ ਗੁਣ ਨੇ। ਔਰ ਤੀਸਰਾ ਜਿਹੜਾ ਗੁਣ ਆ ਕਿ ਆਪਣੇ ਆਪ ਨੂੰ ਵਚਨ ਦੇ ਨਾਲ ਤਰਾਸ਼ਣਾ, ਵਚਨ ਦੀ ਸਿੱਖਿਆ ਨੂੰ ਲੈਣਾ। ਚੌਥਾ ਗੁਣ ਹੈ ਕਿ ਸਾਡਾ ਨਿਸ਼ਾਨ ਧਰਤੀ ਦੇ ਉੱਤੇ ਖੁਦਾ ਦੇ ਰੂਹ ਦਾ ਹੋਵੇ। ਪੰਜਵੀਂ ਗੱਲ ਕਿ ਅਸੀਂ ਗਲਤੀਆਂ ਜ਼ਰੂਰ ਕਰਦੇ ਹਾਂ, ਪਰ ਪਾਕ ਰੂਹ ਸਾਡੀ ਅਗਵਾਈ ਕਰਦਾ, ਮਾਫ਼ ਕਰਦਾ ਆ। ਮੇਰੇ ਅਜ਼ੀਜ਼ੋ, ਇਹ ਪੈਨਸਲ ਸਾਨੂੰ 5 ਸਿੱਖਿਆਵਾਂ ਦਿੰਦੀ ਆ। ਇਹ ਪੈਨਸਲ ਤੋਂ ਅਸੀਂ ਬਹੁਤ ਕੁਝ ਸਿੱਖ ਸਕਦੇ ਹਾਂ। ਇਹ ਪੈਨਸਲ ਨੇ ਸਾਨੂੰ ਬਹੁਤ ਕੁਝ ਸਿਖਾਇਆ। ਇਹ ਪੈਨਸਲ ਦੇ ਦੁਆਰਾ ਅਸੀਂ ਐਜੂਕੇਟਡ ਹੋਏ, ਇਹ ਕਲਾਮ ਨੂੰ ਪੜ੍ਹਨ ਜੋਗੇ ਹੋਏ, ਕਲਾਮ ਦੇ ਦੁਆਰਾ ਚੱਲਣ ਜੋਗੇ ਹੋਏ। ਇਹ ਪੈਨਸਲ ਤੋਂ ਸਾਡੀ ਸਿੱਖਿਆ ਸਾਨੂੰ ਬਰਕਤ ਅਤੇ ਆਸ਼ੀਸ਼ ਦਿੰਦੀ। ਖੁਦਾ ਤੁਹਾਨੂੰ ਬਰਕਤ ਦੇਵੇ ਸਭ ਨੂੰ। ਖੁਦਾ ਦੇ ਨਾਮ ਦੇ ਵਿੱਚ ਜੈ ਮਸੀਹ ਦੀ।